Allah'a emanet.
اور کوشش فرماؤ جڑے پیچھے ہٹ کے بیٹھے ہو تھوڑے تھوڑے قریب ہو کے بیٹھو تاکہ آنے والے بندے تھوڑے پیچھے آ کے بیٹھ بڑی محبت نال پیار نال محفل دے وچ ذوق شوق نال بیٹھو برند والا الصلاۃ والسلام علیک یا الصلاۃ والسلام علیک یا سیدی یا رسول اللہ وعلا آلک و اصحابک یا سیدی یا حبیب اللہ جس کا کوئی ثانی نہیں وہ نبی ہمارا ہے جس کا کوئی ثانی دعاواں سی یاراں دے وچ کدی روندے رہے جا کے لاراں دے وچ
ਜ਼ਿੰਦਗੀ ਸਾਰੀ ਸੋਹਣਾ ਨਬੀ ਮੁਸਤਫਾ ਸਾਡੀ ਬਖਸ਼ਿਸ਼ ਨੇ ਰੱਬ ਨੂੰ ਮਨਾਉਂਦਾ ਲਿਆ ਹਜ਼ਰਤ ਗ੍ਰਾਮੀ ਗਜ਼ਲ ਜੈਸਾ ਕਿ ਪੂਰੇ ਗਾਉਣ ਵਾਲਿਆਂ ਨੂੰ ਕਿ ਮਾਲੂਮ ਹੈ ਕਿ ਮੋਤਰ ਮਕਾਮ ਆਸ ਕੇ ਰਸੂਲ ਮੀਆਂ ਅਜ਼ਹਰ ਸਾਹਿਬ ਸਲਾਨਾ ਆਪਣੀ ਵਾਲਦਾ ਮੁਹਤਰਮਾ ਮਰਹੂਮਾ ਮਗ਼ਫੂਰਾ ਦੀ ਯਾਦ ਮਨਾਉਂਦੇ ਔਰ ਉਸ ਪ੍ਰੋਗਰਾਮ ਉਸ ਮਹਿਫਲ ਦੇ ਅੰਦਰ ਉਹਨਾਂ ਨੂੰ ਬੈਰੂਨ ਮੁਲਕ ਤੋਂ ਵੀ ਵਾਪਸ ਆਉਣਾ ਪਏ ਅਤੇ ਹਰ ਪ੍ਰੋਗਰਾਮ ਦੇ ਅੰਦਰ ਉਹ ਆਪਣੀ ਹਾਜ਼ਰੀ ਨੂੰ ਬਹੁਤ ਬੜੀ ਸ਼ਹਾਦਤ ਸਮਝਦੇ ਔਰ ਉਹਨਾਂ ਦੇ ਦੋਸਤ ਅਹਬਾਬ ਵੀ ਸੱਜਣ ਯਾਰ ਬੇਲੀ ਵੀ ਅਸੀਂ ਕਰਬਾ ਵੀ ਉਹਨਾਂ ਦੇ ਖਾਨਦਾਨ ਦੇ ਅਫਰਾਦ ਵੀ ਉਹ ਸਾਰੇ ਆਪਣੀ ਆਪਣੀ ਅਕੀਦਤ ਮੁਹੱਬਤ ਨਾਲ ਇਸ ਪ੍ਰੋਗਰਾਮ 'ਚ ਹਾਜ਼ਰ ਹੁੰਦੇ ਹਨ ਅੱਜ ਇਸ ਮਹਿਫਲ ਪਾਕ ਦੇ ਅੰਦਰ ਜਿੱਥੇ ਮੀਆਂ ਸਾਹਿਬ ਆਪਣੀ ਵਾਲਿਦਾ ਮੁਹਤਰਮਾ ਮਰਹੂਮਾ ਮਗ਼ਫੂਰਾ ਦੇ ਇਸ ਸਾਲੇ ਸਵਾਬ ਦੀ ਖਾਤਰ ਪਰਦੇਸ ਵਿੱਚੋਂ ਦੇਸ ਆਏ ਨੇ ਉੱਥੇ ਔਰ ਵੀ ਕਈ ਹਜ਼ਰਾਤ ਇਸ ਮਹਿਫਲ ਪਾਕ ਦੇ ਅੰਦਰ ਹਾਜ਼ਰ ਹੋਣ ਵਾਸਤੇ ਲੰਬਾ ਸਫ਼ਰ ਕਰਕੇ ਹਾਜ਼ਰ ਹੋਏ ਸਾਡੇ ਰਫੀਕੇ ਸਫ਼ਰ ਰਾਜਾ ਜਵੇਦ ਸਾਹਿਬ ਜੋ ਕਿ ਮੀਆਂ ਸਾਹਿਬ ਦੇ ਬੜੇ ਪਿਆਰੇ ਦੋਸਤ ਨੇ ਉਹ ਵੀ ਤਸ਼ਰੀਫ ਲਿਆਏ ਨੇ ਔਰ ਮੀਆਂ ਸਾਹਿਬ ਦੇ ਹੋਨਹਾਰ ਬੇਟੇ ਸਾਹਿਬਜ਼ਾਦੇ ਮੀਆਂ ਫਤ ਸਾਹਿਬ ਉਹ ਵੀ ਆਪਣੀ ਦਾਦੀ ਜਾਨ ਔਰ ਮਾਸ਼ਾਅੱਲਾ ਖਾਰੀਆਂ ਤੋਂ ਬੜੇ ਪਿਆਰੇ ਮੀਆਂ ਸਾਹਿਬ ਦੇ ਦੋਸਤ ਡਾਕਟਰ ਸੱਜਾਦ ਸਾਹਿਬ ਜੋ ਕਿ ਬੜੀ ਅਕੀਦਤ ਤੋਂ ਮੁਹੱਬਤ ਨਾਲ ਦੋਸਤ ਅਬਾਬ ਆਪਣੇ ਪਿਆਰ ਨਾਲ ਮਹਿਫਲਾਂ 'ਤੇ ਪਹੁੰਚਦੇ ਨੇ ਔਰ ਥੋੜ੍ਹੀ ਦੇਰ ਪਹਿਲੇ ਮੀਆਂ ਸਾਹਿਬ ਤਸਕਰਾ ਫਰਮਾ ਰਹੇ ਸਨ ਡਾਕਟਰ ਸਾਹਿਬ ਦਾ ਮਾਸ਼ਾਅੱਲਾ ਡਾਕਟਰ ਸਾਹਿਬ ਆਪਣੀਆਂ ਮੁਹੱਬਤਾਂ ਨਾਲ ਜਲਵਾ ਫਰਮਾ ਹੋ ਚੁੱਕੇ ਨੇ ਔਰ ਮੀਆਂ ਸਾਹਿਬ ਦਾ ਚਿਹਰਾ ਖਿਲ ਗਿਆ ਵੇਖ ਕੇ ਕਿ ਮੇਰੇ ਸੱਜਣ ਯਾਰ ਬੇਲੀ ਆ ਗਏ ਹਜ਼ਰਤ ਗ੍ਰਾਮੀ ਗਦਰ ਮਾਹੀ ਰਮਜ਼ਾਨ ਮੁਬਾਰਕ ਦੂਸਰਾ ਜੁਮਾ ਤੋਂ ਮੁਬਾਰਕ ਅੱਠਵਾਂ ਰੋਜ਼ਾ ਕਿੰਨੀਆਂ ਬਰਕਤਾਂ ਕਿ ਜਿਨ੍ਹਾਂ ਘੜੀਆਂ ਦੇ ਵਿੱਚ ਅੱਲਾਹ ਕਰੀਮ ਨਫਲਾਂ ਨੂੰ ਫਰਜ਼ ਬਣਾ ਦੇ ਅੰਦਾਜ਼ਾ ਕਰੋ ਜਿਨ੍ਹਾਂ ਘੜੀਆਂ ਦੇ ਅੰਦਰ ਅੱਲਾਹ ਨਫਲਾਂ ਨੂੰ ਫਰਜ਼ ਬਣਾ ਦੇ ਅਤੇ ਫਰਜ਼ਾਂ ਦੇ ਦਰਜੇ 70 ਵਧਾ ਦੇ ਅਤੇ ਫਿਰ ਉਸ ਮਾਹੀ ਮੁਬਾਰਕ ਦੀਆਂ ਕਿਆ ਅਜ਼ਮਤਾਂ ਔਰ ਕਿਆ ਸ਼ਾਨਾਂ ਔਰ ਫਿਰ ਫਰਮਾਇਆ ਜਿਹੜਾ ਮੁਸਲਮਾਨ ਕਿਸੇ ਮੁਸਲਮਾਨ ਦਾ ਰੋਜ਼ਾ ਇਫਤਾਰ ਕਰਵਾਉਂਦਾ ਹੈ ਕਾਹਦੇ ਨਾਲ ਮੈਂ ਮੁਸਕਾ ਤੇ ਲਾਭਾ ਨੇ ਇੱਕ ਦੁੱਧ ਦੇ ਘੁੱਟ ਨਾਲ ਫਰਮਾਇਆ ਸ਼ਾਇਦ ਦੁੱਧ ਮਿਲਣਾ ਵੀ ਮੁਸ਼ਕਲ ਹੋਵੇ ਮੈਂ ਤਾਮਾ ਰਤੇ ਫਰਮਾਇਆ ਇੱਕ ਖਜੂਰ ਨਾਲ ਫਰਮਾਇਆ ਸ਼ਾਇਦ ਕਦੇ ਸਮਝਦੇ ਹੋਣ ਕਿ ਉਹਨਾਂ ਨੂੰ ਬਾਜ਼ਾਰ 'ਚੋਂ ਖਜੂਰ ਵੀ ਨਹੀਂ ਮਿਲੀ ਲੇਕਿਨ ਸ਼ੌਕ ਰੱਖਦੇ ਨੇ ਕਿਸੇ ਦਾ ਰੋਜ਼ਾ ਇਫਤਾਰ ਕਰਵਾ ਦੇਈ ਫਰਮਾਇਆ ਮੇਰੀ ਸ਼ਰਬਤ ਇੱਕ ਪਾਣੀ ਦੇ ਘੁੱਟ ਨਾਲ ਵੀ ਜਿਹਨੇ ਕਿਸੇ ਰੋਜ਼ੇਦਾਰ ਦਾ ਰੋਜ਼ਾ ਇਫਤਾਰ ਕਰਵਾਇਆ ਜਿੰਨਾ ਸਵਾਬ ਰੋਜ਼ਾ ਰੱਖਣ ਵਾਲੇ ਨੂੰ ਮਿਲੇਗਾ ਓਨਾ ਹੀ ਪਾਣੀ ਪਿਲਾਉਣ ਵਾਲੇ ਨੂੰ ਮਿਲੇਗਾ ਬੜੀ ਅਕੀਦਤ ਤੋਂ ਬੜੀ ਮੁਹੱਬਤ ਨਾਲ ਮੀਆਂ ਸਾਹਿਬ ਆਪਣੀ ਵਾਲਦਾ ਮੁਹਤਰਮਾ ਦੇ ਨਾਂ ਦੀ ਇਫਤਾਰੀ ਪ੍ਰੋਗਰਾਮ ਕਰ ਰਹੇ ਔਰ ਯਕੀਨਨ ਅੱਜ ਦੀ ਇਹ ਮਹਿਫਲ ਪਾਕ ਮੇਰੇ ਸਾਹਿਬਾਂ ਨੂੰ 70 ਗੁਣਾ ਜ਼ਿਆਦਾ ਸਵਾਬ ਮਿਲੇ ਪਹਿਲੀਆਂ ਮਹਿਫਲਾਂ ਤੋਂ 70 ਗੁਣਾ ਜ਼ਿਆਦਾ ਸਵਾਬ ਮਿਲੇਗਾ ਕਿਉਂਕਿ ਮਹੀਨਾ ਬਰਕਤਾਂ ਵਾਲਾ ਮਹੀਨਾ ਰਹਿਮਤਾਂ ਵਾਲਾ ਅਤੇ ਤੁਸੀਂ ਵੀ ਬੋਲ ਛੱਡੋ ਵੀ ਤੁਹਾਨੂੰ ਕੋਈ ਸ਼ਾਇਦ ਸੌਂਹ ਗਈ ਹੈ ਤੁਸੀਂ ਮਸੀਤੇ ਬਹਿ ਕੇ ਬੋਲ ਛੱਡੋ ਸੁਭਾਨ ਅੱਲਾਹ ਛੱਡੋ ਬਈ ਇਸ ਮਹੀਨੇ ਦੀ ਗੱਲ ਕਰਕੇ ਅੱਲਾਹ ਦੇ ਨਬੀ ਵੀ ਮੁਸਕਰਾਉਣ ਅਤੇ ਫਰਿਸ਼ਤੇ ਵੀ ਖੁਸ਼ ਹੋਣ ਇਸ ਗੱਲ ਇਸ ਮਹੀਨੇ ਦੀ ਅਮਲ ਸੁਣ ਕੇ ਸਿਆਦਾਂ ਦੇ ਚਿਹਰਿਆਂ 'ਤੇ ਰੌਣਕ ਆ ਜਾਏ ਮੇਰੇ ਮਹਬੂਬ ਕਰੀਮ ਫਰਮਾਉਂਦੇ ਨੇ ਮੇਰਾ ਗੁਲਾਮ ਉਹ ਜਿਹੜਾ ਮਾਹੀ ਰਮਜ਼ਾਨ ਦੇ ਆਉਣ ਦੀ ਖੁਸ਼ੀ ਕਰਦਾ ਔਰ ਜਾਣ ਦਾ ਗਮ ਕਰਦਾ
ماشاءاللہ اور بھی پیارے دوست بڑی قدرت و بڑی محبت نال خالی ہوئی سر زمین تو تشریف فرما ہوئے ایک ایک ہستی بڑی مقرب ہے بڑی پیار والی میرے نال بھی سارے ساتھی بڑا پیار کر دے تو حضرات تھوڑے وقت دے اندر انشاءاللہ بہت خوبصورت باتیں ہوں گی اور 6 بجے مکمل ہو گئے میری کڑی کے مطابق 7 بجے میں انشاءاللہ اپنے بیان کا اختتام کراں گا تاکہ ختم پاک بھی خوبصورت پڑھا جائے اور پھر دعا بھی خوبصورت مانگی جائے ماں باپ کے حوالے نال اگر غور کیتا جائے